ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਹ ਦੇਖੋ, ਆਹ ਟਰਾਂਸਫਾਰਮ ਦੇ ਥੱਲੋਂ ਕਣਕ ਵੱਢ ਰੱਖੀ ਹੈ। ਬਾਈਆਂ ਨੇ ਬਹੁਤ ਵਧੀਆ ਕੰਮ ਕੀਤਾ। ਜੀਜੇ ਦੇ ਖੇਤ 'ਚ ਵੀ ਟਰਾਂਸਫਾਰਮ ਆ, ਉਹ ਆਪਦੇ ਖੇਤ ਦੇ ਵਿੱਚ ਥੱਲੋਂ ਥੱਲੋਂ ਕਣਕ ਜ਼ਰੂਰ ਵੱਢ ਕੇ ਉਹਨੂੰ ਸਾਫ਼ ਕਰ ਦਿਓ, ਕਿਉਂਕਿ ਕਿਸੇ ਤਰ੍ਹਾਂ ਚੰਗਾੜੀ ਚੰਗੋੜੀ ਲਾ ਕੇ ਕੋਈ ਫਸਲ ਦਾ ਨੁਕਸਾਨ ਨਾ ਹੋਵੇ। ਇੱਕ ਜੋ ਵੀਰ ਸਿਗਰਟਾਂ ਸੁਗਟਾਂ ਪੀਂਦੇ ਆ, ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਵੀ ਆਪਣੀ ਸਿਗਰਟ ਪੀ ਕੇ ਉਹਨੂੰ ਚੰਗੀ ਤਰ੍ਹਾਂ ਭਜਾ ਕੇ ਛੜਕ 'ਤੇ ਫੇਰ ਸਿੱਟੋ, ਤਾਂ ਥੋੜ੍ਹੀ ਜਿਹੀ ਉਹ ਮਨਗੈਲੀ ਦੇ ਨਾਲ ਹੀ ਕਾਫ਼ੀ ਵੱਡਾ ਨੁਕਸਾਨ ਹੋ ਜਾਂਦਾ। ਅਤੇ ਇੰਨੀ ਬੇਨਤੀ ਪ੍ਰਵਾਨ ਕਰੋ ਬਾਈ ਜੀ, ਇਸ ਕਰਕੇ ਤੁਹਾਨੂੰ ਇਹ ਵੀਡੀਓ ਬਣਾਈ ਆ ਵੀ ਸਾਰੇ ਆਪਾਂ ਇਸ ਚੀਜ਼ ਤੋਂ ਸੁਚੇਤ ਹੋ ਜਾਈਏ ਵੀ ਕੱਲ੍ਹ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਮਾਲੀ ਜਾਂ ਕੋਈ ਬਦਲੀ ਨੁਕਸਾਨ